ਸਾਰਿਆਂ ਨੂੰ ਜਿੱਦਾਂ ਕਿ ਆਪਾਂ ਦੇਖਦੇ ਹਾਂ ਇੱਥੇ ਹਰ ਇਨਸਾਨ ਦਿੱਲੀ ਮੋਰਚੇ ਵਿੱਚ ਆਪਣੇ ਹੀ ਜੋਸ਼ ਤੇ ਜਜ਼ਬੇ ਨਾਲ ਆਉਂਦਾ ਹੈ ਕੋਈ ਸਾਈਕਲ ਤੇ ਆ ਰਿਹਾ ਕੋਈ ਪੈਦਲ ਆ ਰਿਹਾ ਜਿੱਦਾਂ ਕਿ ਆਪਾਂ ਦੇਖ ਪਾ ਰਹੇ ਹਾਂ ਆਪਾਂ ਨੂੰ ਕੁਝ ਲੜਕੀਆਂ ਟਰੈਕਟਰ ਤੇ ਆਉਂਦੀਆਂ ਹੋਈਆਂ ਦਿਖਾਈ ਦਿੱਤੀਆਂ ਹਨ ਆਓ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਦੇਖੋ ਜੀ ਕਿੰਨਾ ਜੋਸ਼ ਆ ਲੜਕੀਆਂ ਵਿੱਚ ਤੁਸੀਂ ਕਿੱਥੋਂ ਆਏ ਹੋ ਮੈਂ ਹਨੂਮਾਨਗੜ੍ਹ ਰਾਜਸਥਾਨ ਤੋਂ ਜੀ ਤੁਹਾਨੂੰ ਕਿੱਦਾਂ ਜੋਸ਼ ਆਇਆ ਕਿ ਸਾਨੂੰ ਵੀ ਟਰੈਕਟਰ ਤੇ ਜਾਣਾ ਚਾਹੀਦਾ ਹੈ ਬਿਲਕੁਲ ਸਰ ਐਕਚੁਅਲੀ ਮੈਂ ਵੀ ਇੱਕ ਕਿਸਾਨ ਦੀ ਧੀ ਹਾਂ ਤੇ ਸਾਡੇ ਵਿੱਚ ਬਹੁਤ ਰੋਸ ਹੈ ਇਸ ਕਾਲੇ ਕਾਨੂੰਨਾਂ ਨੂੰ ਲੈ ਕੇ ਮੈਂ ਖੁਦ ਇੱਕ ਬੀਜੇਪੀ ਦੀ ਜ਼ਿਲ੍ਹਾ ਸੰਯੋਜਕ ਆਈਟੀ ਸੈੱਲ ਦੀ ਤੇ ਨਗਰ ਮੰਡਲ ਅਧਿਅਕਸ਼ ਸੀ ਮਹਿਲਾ ਮੋਰਚਾ ਤੋਂ ਹਨੂਮਾਨਗੜ੍ਹ ਰਾਜਸਥਾਨ ਤੋਂ ਤੇ ਜਦੋਂ ਵੀ ਇਹ ਮੋਦੀ ਸਰਕਾਰ ਦੀ ਤਾਨਾਸ਼ਾਹੀ ਦੇ ਖਿਲਾਫ ਮੈਂ ਉਹ ਪੋਸਟਾਂ ਨੂੰ ਛੱਡ ਕੇ ਅਸਤੀਫਾ ਦੇ ਕੇ ਦਿੱਲੀ ਆਈ ਹਾਂ ਆਪਣੇ ਕਿਸਾਨ ਵੀਰਾਂ ਦਾ ਸਾਥ ਦੇਣ ਜਿੱਦਾਂ ਕਿ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ 26 ਜਨਵਰੀ ਤੋਂ ਬਾਅਦ ਜੋਸ਼ ਘੱਟ ਚੁੱਕਿਆ ਹੈ ਤੁਹਾਨੂੰ ਕਿੱਦਾਂ ਲੱਗਦਾ ਕਿ ਇੱਥੇ ਆ ਕੇ ਜੋਸ਼ ਘੱਟ ਚੁੱਕਿਆ ਜਾਂ ਇੱਕ ਮੋਦੀ ਮੀਡੀਆ ਤੁਹਾਨੂੰ ਗਲਤ ਲੋਕਾਂ ਨੂੰ ਮੀਡੀਆ ਦਿਖਾ ਰਹੀ ਹੈ ਐਕਚੁਅਲੀ ਸਰ ਸਾਡੇ ਵੀ ਉੱਥੇ ਆਹੀ ਹੋ ਰਿਹਾ ਸੋਸ਼ਲ ਮੀਡੀਆ ਜਿਵੇਂ ਇੱਥੇ ਨੈੱਟ ਬੰਦ ਕਰਤਾ ਉੱਥੇ ਲੋਕਾਂ ਨੂੰ ਦਿਖਾਇਆ ਜਾ ਰਿਹਾ ਕਿ ਉੱਥੇ ਤਾਂ ਪੱਥਰਬਾਜ਼ੀ ਹੋ ਰਹੀ ਹੈ ਜਾਂ ਤੰਬੂ ਖਾੜੇ ਜਾ ਰਹੇ ਆ ਉੱਥੇ ਕੋਈ ਨਾ ਜਾਓ ਉੱਥੇ ਬਹੁਤ ਡਰ ਹੈ ਅਸੀਂ ਉੱਥੇ ਆਹੀ ਚੈਲੰਜ ਕਰਕੇ ਆਏ ਹਾਂ ਕਿ ਅਸੀਂ ਉੱਥੇ ਹੀ ਜਾਵਾਂਗੇ ਜਿੱਥੇ ਸਾਨੂੰ ਡਰ ਹੈ ਅਸੀਂ ਦੇਖਦੇ ਹਾਂ ਸਾਨੂੰ ਕੌਣ ਡਰਾ ਸਕਦਾ ਕਿਉਂਕਿ ਨਾ ਕਿਸਾਨ ਕਦੇ ਹਾਰਿਆ ਤੇ ਨਾ ਹਾਰੂਗਾ ਤੇ ਤੁਸੀਂ ਇਕੱਲੇ ਹੀ ਹੋ ਜਾਂ ਤੁਹਾਡੇ ਪਿੰਡ ਦਾ ਹੋਰ ਵੀ ਟੀਮ ਤੁਹਾਡੇ ਨਾਲ ਹੈ ਹਾਂਜੀ ਬਿਲਕੁਲ ਮੇਰੇ ਨਾਲ ਮੇਰੇ ਹਸਬੰਡ ਆਏ ਆ ਮੇਰੇ ਮਾਸੀ ਜੀ ਆਏ ਆ ਇੱਕ ਮੇਰੇ ਜੀਜਾ ਜੀ ਆਏ ਆ ਮੇਰੇ ਬ੍ਰਦਰ ਭਾਬੀ ਅਸੀਂ ਸਾਰੇ ਆਏ ਆ ਜੀ ਉੱਥੋਂ ਪੂਰੀ ਫੈਮਿਲੀ ਤੁਸੀਂ ਜਿੱਦਾਂ ਕਿ ਮੈਂ ਬੀਜੇਪੀ ਨੂੰ ਛੱਡਿਆ ਇਸ ਦਾ ਕੋਈ ਮੇਨ ਰੀਜ਼ਨ ਹੋਵੇ ਕਾਰਨ ਇਸ ਛੱਡਣ ਦਾ ਸਰ ਮੇਨ ਰੀਜ਼ਨ ਇਹੀ ਹੈ ਮੈਂ ਪਹਿਲਾਂ ਅਸੀਂ 4-5 ਸਾਲ ਤੋਂ ਹੀ ਮੈਂ ਬੀਜੇਪੀ ਦੀ ਪੋਸਟ ਤੇ ਆ ਤੇ ਐਕਚੁਅਲੀ ਹੁਣ ਬੀਜੇਪੀ ਸਰਕਾਰ ਸਰਕਾਰ ਨਾਲ ਰਹਿ ਕੇ ਇੱਕ ਤਾਨਾਸ਼ਾਹੀ ਹੋ ਗਈ ਹੈ ਜੋ ਕਿ ਬਿਲਕੁਲ ਮੈਂ ਇਸ ਚੀਜ਼ ਦਾ ਸਮਰਥਨ ਨਹੀਂ ਕਰਦੀ ਅਸੀਂ ਜਿੰਦਾ ਜ਼ਮੀਰਾਂ ਵਾਲੇ ਹਾਂ ਸਾਡਾ ਜ਼ਮੀਰ ਨਹੀਂ ਮਰਿਆ ਹੋਇਆ ਕਿ ਅਸੀਂ ਇੱਕ ਪਾਰਟੀ ਦੇ ਪਿੱਛੇ ਲੱਗ ਕੇ ਕੋਈ ਵੀ ਚੀਜ਼ ਮੰਨਾਂਗੇ ਤੇ ਤੁਸੀਂ ਇਸ ਮੋਰਚੇ ਵਿੱਚ ਕਦੋਂ ਤੱਕ ਡਟੇ ਰਹੋਗੇ ਬਿਲਕੁਲ ਸਰ ਜਦ ਤੱਕ ਮੋਦੀ ਸਰਕਾਰ ਕਾਲੇ ਕਾਨੂੰਨ ਆਪਦੇ ਵਾਪਸ ਨਹੀਂ ਲੈ ਲੈਂਦੀ ਅਸੀਂ ਉਦੋਂ ਤੱਕ ਡਟੇ ਰਵਾਂਗੇ ਸਾਨੂੰ ਜਾਨ ਵੀ ਦੇਣੀ ਪਈ ਤਾਂ ਵੀ ਅਸੀਂ ਦਵਾਂਗੇ ਅਸੀਂ ਹਾਰ ਨਹੀਂ ਮੰਨਾਂਗੇ ਤੇ ਮਰਿੰਡਾ ਲਾਈਵ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਇਹ ਸੀਗੇ ਲੜਕੀਆਂ ਜੋ ਕਿ ਆਪਣੇ ਨਾਲ ਮਰਿੰਡਾ ਲਾਈਵ ਟੀਮ ਨਾਲ ਗੱਲਬਾਤ ਕੀਤੀ ਆ ਕਿਸਾਨ ਏਕਤਾ ਕਾਲੇ ਕਾਨੂੰਨ ਵਾਪਸ ਲਓ ਇਹ ਸੀ ਆਪਣੇ ਲੜਕੀਆਂ ਜੋ